ਅਸਲਾਮ ਅਲੈਕੁਮ ਸੱਜਣੋ ਤੇ ਬੇਲੀਓ, ਅੱਜ ਦਿਨ ਹੈ ਜੀ ਇਤਵਾਰ ਦਾ ਤੇ ਇੱਕ ਦਫਾ ਫੇਰ ਨੀਲੀ ਦੇ ਮਸ਼ਹੂਰ ਸ਼ਿਕਾਰੀ ਮਲਕ ਫਾਰੂਕ ਵਪਾਰੀ ਸਾਹਿਬ ਦੇ ਡੇਰੇ ਤੇ ਮੌਜੂਦ ਆ ਤੇ ਮਾਸ਼ਾਅੱਲਾ ਸਾਰੇ ਦੋਸਤ ਜਾਣਦੇ ਨੇ ਕਿ ਮਲਕ ਸਾਹਿਬ ਦੋਸਤਾਂ ਵਾਸਤੇ ਪਿਓਰ ਨੀਲੀ ਦੀਆਂ ਝੋਟੀਆਂ ਇਸ ਤੋਂ ਇਲਾਵਾ ਝੋਟੇ ਲੈ ਕੇ ਹਾਜ਼ਰ ਹੁੰਦੇ ਨੇ ਤੇ ਮਾਸ਼ਾਅੱਲਾ ਮਲਕ ਸਾਹਿਬ ਦੇ ਡੇਰੇ ਤੇ ਨਵੇਂ ਜਾਨਵਰ ਆ ਗਏ ਨੇ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦੀ ਕੀਮਤ ਵੀ ਮਾਲੂਮ ਕਰ ਲੈਂਦੇ ਹਾਂ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾਦ, ਕੀ ਹਾਲ ਹੈ? ਅੱਲਾ ਦਾ ਸ਼ੁਕਰ ਹੈ। ਮਲਕ ਸਾਹਿਬ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਏ ਤੇ ਅਲਹਮਦੁਲਿਲਾ, ਤੁਸੀਂ ਸੁਣਾਓ? ਦੁਆਵਾਂ ਜਨਾਬ, ਦੋਸਤਾਂ ਨੂੰ ਇੱਕ ਦਫਾ ਫੇਰ ਆਪਣਾ ਤੇ ਆਪਣੇ ਇਲਾਕੇ ਦਾ ਤਾਰਫ ਵੀ ਕਰਵਾ ਦਿਓ ਜੀ। ਮੇਰਾ ਨਾਮ ਮਲਕ ਫਾਰੂਕ ਹੈ, ਪਿੰਡ ਸਾਰੋ ਕੀ, ਤਹਿਸੀਲ ਵਾਜ਼ਿਲਾ ਗੁਜਰਾਤ, ਡੇਰਾ ਨਹਿਰ ਦੇ ਉੱਤੇ। ਉਹ ਸਾਹਮਣੇ ਨਹਿਰ ਨਜ਼ਰ ਆ ਰਹੀ ਹੈ, ਨਹਿਰ ਹੈ। ਤੇ ਮੈਂ ਆਪਣੇ ਸਾਰੇ ਭਰਾ ਜਿੰਨੇ ਵੀ ਅਬਰੂਨੇ ਮੁਲਕ ਅੰਦਰੂਨੇ ਮੁਲਕ, ਮੈਂ ਸਾਰਿਆਂ ਨੂੰ ਸਲਾਮ ਦਿੰਦਾ ਵਾਂ। ਅੱਲਾ ਪਾਕ ਉਹਨਾਂ ਨੂੰ ਯਾਤੀ ਦੇ ਅਤੇ ਤੰਦਰੁਸਤੀ ਦੇ, ਮੇਰੇ ਨਾਲ ਬੜਾ ਪਿਆਰ ਕਰਦੇ ਨੇ ਅਤੇ ਉਹਨਾਂ ਦੀਆਂ ਦੁਆਵਾਂ ਨਾਲ ਅਤੇ ਉਹਨਾਂ ਦੀ ਮਤਲਬ ਹੈ ਕਿ ਹੌਸਲਾ ਅਫਜ਼ਾਈ ਨਾਲ ਮੇਰਾ ਕਾਰੋਬਾਰ ਵੀ ਚੱਲਦਾ ਪਿਆ। ਅੱਲਾ ਪਾਕ ਉਹਨਾਂ ਨੂੰ ਚੋਖਾ ਦੇ ਅਤੇ ਮਾਲਕ ਦੀ ਜ਼ਾਤ ਤੰਦਰੁਸਤੀ ਦੇ। ਅਤੇ ਗੱਲ ਇਹ ਜੇ ਭਾਈ ਫਰਾਦ ਦਾ ਝੋਟਾ ਇਹ ਸਰ, ਮਲਕ ਸਾਹਿਬ ਮਾਜ਼ਰ ਤੁਹਾਡੀ ਗੱਲ ਕੱਟੀ ਜਾਂਦੀ ਵੀ ਉਹ ਸਲੀਮ ਜਿਹੜੇ ਗੁੱਜਰ ਸਾਹਿਬ ਨੇ ਉਹਨਾਂ ਦਾ ਸਲਾਮ ਹੈ ਜਨਾਬ ਤੇ ਜਿਹੜਾ ਤੁਸੀਂ ਸਲਾਮ ਸਲੀਮ ਗੁੱਜਰ ਸਮੁੰਦਰੀ ਦਾ ਜੀ ਜੀ ਉਹਨਾਂ ਸਲਾਮ ਦਿੱਤਾ ਸੀ। ਠੀਕ ਹੈ। ਤੇ ਜਿਹੜੇ ਚਕਵਾਲ ਤੂੰ ਨੇ ਭਾਈ ਚਕਵਾਲ ਦਾ ਭਾਈ ਸ਼ਬਾਦ ਹੈ, ਚੌਧਰੀ ਸ਼ਬਾਦ ਜੀ ਜੀ ਜਰਮਨੀ ਨੇ, ਲੇਕਿਨ ਹੈ ਚਕਵਾਲ ਨੇ। ਰਾਤ ਨੂੰ ਆਏ ਸਨ, ਉਹਨਾਂ ਝੋਟੀਆਂ ਮੇਰੇ ਕੋਲ ਲਈਆਂ ਨੇ ਦੋ। ਠੀਕ ਹੈ। ਗੱਡੀ ਜਗ੍ਹਾ ਥੋੜੀ ਸਾਡੇ ਨੇ, ਦੋ ਲੈ ਗਏ ਨੇ ਤੇ ਦੋ ਝੋਟੀਆਂ ਦਾ ਬਿਆਨਾ ਦੇ ਗਏ ਨੇ ਉਹਨਾਂ ਦੀਆਂ ਮਾਨਤ ਨੇ। ਠੀਕ ਹੈ। ਇੱਕ ਝੋਟੀ ਜਿਹੜੀ ਉਹਨਾਂ ਦੀ ਬੱਜੀ ਹੈ, ਉਹ ਪਰਾਂ ਅੱਛਾ ਉਹ ਮੁੰਡਾ ਲੈ ਆਉਂਦਾ ਤੇ ਇੱਕ ਝੋਟੀ ਹੋਰ ਉਹਨਾਂ ਨੂੰ ਦੇਣੀ ਹੈ। ਠੀਕ ਹੈ। ਬਿਸਮਿਲਾ ਕਰੀਏ ਜੀ, ਬਿਸਮਿਲਾ ਕਰੋ। ਲਓ ਜੀ, ਦੋਸਤਾਂ ਦਾ ਸ਼ੁਕਰੀਆ ਅਦਾ ਕਰਨੇ, ਉਹ ਸਪੋਰਟ ਕਰਦੇ ਨੇ ਜੀ, ਮਾਸ਼ਾਅੱਲਾ ਹੀ ਅੱਛਾ ਕੰਮ ਕਰਨੇ ਆ। ਲਓ ਜੀ ਦੋਸਤੋ, ਚੈੱਕ ਕਰੋ ਜੀ ਝੋਟਾ ਕੀ ਮਾਸ਼ਾਅੱਲਾ। ਝੋਟਾ ਨੰਬਰ ਇੱਕ, ਰੰਗ ਦਾ ਬੁਰਾ ਜੀ, ਰੱਤੇ ਰੰਗ ਦਾ, ਮੂੰਹ ਦੇ ਵਿੱਚੋਂ ਦੋਂਦ ਹੋ ਗਿਆ, ਦੋ ਦੰਦ, ਦੋ ਦੰਦ। ਠੀਕ ਹੈ। ਲਓ ਜੀ ਦੋਸਤੋ, ਮੁਕੰਮਲ ਜੀ ਸਾਹਮਣੇ ਚੈੱਕ ਕਰੋ ਕਦ ਬੁੱਤ ਫਰਾਦ। ਪਿਛਲੀ ਵੀਡੀਓ ਵਿੱਚ ਵੀ ਸੀ ਅੱਛਾ, ਤੇ ਦੁਨੀਆਂ ਦੇ ਉੱਤੇ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ, ਬਿਲਕੁਲ ਠੀਕ ਹੈ। ਵਿੱਚ ਕਿਰੇ ਚੰਗੇ ਵੀ ਤੇ ਮੰਦੇ ਵੀ ਨੇ। ਮੁੰਡਾ ਇੱਕ ਕੁਵੈਤ ਸਮੁੰਦਰੀ ਦਾ, ਠੀਕ ਹੈ। ਨਦੀਮ ਸ਼ੌਕਤ ਨਾ ਉਹਦਾ, ਉਹਨੇ ਝੋਟਿਆ ਲੇ ਆ ਸੀ, ਠੀਕ ਹੈ। ਉਹਨੇ ਰੋਕੇ ਆ ਸੀ, ਕੋਈ ਬਿਆਨਾ ਕੀਤਾ ਸੋ? ਉਹ ਨੱਸ ਗਿਆ। ਬਿਆਨਾ ਕੀਤਾ ਸੋ? ਕੋਈ ਬਿਆਨਾ ਨਹੀਂ ਸੀ, ਮੈਂ ਲੈ ਆਉਂਦਾ ਸੀ। ਮੇਰੀ ਗੱਲ ਹੀ ਬੜੀ ਵੱਡੀ ਹੈ। ਅੱਛਾ, ਇਹ ਬੜੀ ਦਫਾ ਤੁਹਾਡੇ ਨਾਲ ਇੰਜੋਏ ਆ, ਹੋਰ ਵੀ ਦੋਸਤਾਂ ਨਾਲ ਹੁੰਦਾ ਹੈ। ਲੇਕਿਨ ਮੈਂ ਬਿਆਨੇ ਬੰਦਿਆਂ ਦੇ ਆਏ ਵੀ ਵਾਪਸ ਕੀਤੇ ਨੇ, ਮੈਂ ਬਿਆਨਾ ਨਹੀਂ ਕਦੀ ਰੱਖਿਆ। ਨਹੀਂ ਸਰ, ਜੋ ਬਿਆਨਾ ਕਰਦੇ ਨੇ ਤੇ ਉਹ ਫਿਰ ਜ਼ਿਆਤੀ ਨਹੀਂ ਮਾਲ ਢਕਾਣਾ, ਕਿਉਂਕਿ ਜੋ ਵੀਡੀਓ ਚੜਦੀ ਉਹ ਕੋਈ ਗੱਲ ਨਹੀਂ। ਅੱਲਾ ਪਾਕ ਕਰਮ ਕਰਦਾ, ਹੋਰ ਜਿਹੜੇ ਭਰਾ ਨੇ ਝੋਟਾ, ਕਿਹੜਾ ਕੋਈ ਮਾੜਾ ਜਾਂ ਜੀ ਜੀ ਲੰਗੜਾ ਹੈ। ਮਾਸ਼ਾਅੱਲਾ ਜੀ, ਸੋਹਣਾ ਕੱਦ ਬੋਤੇ, ਦੋ ਦੰਦੇ, ਸੋਹਣਾ ਰੰਗ ਹੈ। ਲਓ ਜੀ ਦੋਸਤੋ, ਮੁਕੰਮਲ ਤਸੱਲੀ ਕਰੋ ਤੇ ਪੁੱਠਾ ਵੀ ਜ਼ਰਾ ਚੈੱਕ ਕਰੋ। ਲਓ ਜੀ ਦੋਸਤੋ, ਤੂੰ ਇੱਕ ਦੋ ਬੰਦੇ ਨੇ ਧੋਖਾ ਕੀਤਾ ਹੈ। ਆ ਗਈ ਸਮਝ? ਕਵੇਦ ਦੀ ਵਾਂ ਬਹੁਤੀ ਮੀਰ ਹੈ ਨਾ। ਲਓ ਜੀ ਦੋਸਤੋ, ਚੈੱਕ ਕਰੋ ਜੀ ਝੋਟਾ ਨੰਬਰ ਇੱਕ। ਝੋਟਾ ਕੀ ਹੈ? ਝੋਟਾ ਇੱਕ ਹੀ ਹੈ ਤੇ ਝੋਟਾ ਪੈਰਾਂ ਤੋਂ ਲੱਗ ਕੇ ਸਿਰ ਤੱਕਣ ਜੀ ਜੀ ਬੁਰਾ ਮਾਸ਼ਾਅੱਲਾ। ਚਿਹਰਾ ਵੀ ਇੱਧਰ ਕਰਿਓ। ਲਓ ਜੀ ਦੋਸਤੋ, ਭੁੱਖ ਲੈਂਦੀ ਹੈ ਝੋਟੇ ਦੀ। ਠੀਕ ਹੈ, ਅਜ਼ਰ ਉੱਧਰ ਨੂੰ ਕਰਿਓ ਮਲਕ ਸਾਹਿਬ, ਢੋਰੇ ਵੱਲ ਕਾ ਜਾ ਭਾਈ ਫਰਾਦ। ਇਸ ਝੋਟੇ ਦੀ ਜਿਹੜੀ ਹੈ ਨਾ, ਉਹ ਮੁੱਲ ਤਾਂ ਮੈਂ ਕਰਾਂ ਤੇ 1.55 ਮੁੱਲੇ ਦਾ, ਜਿਹੜੇ ਭਰਾ ਨੂੰ ਚੰਗਾ ਲੱਗਦਾ ਹੋਇਆ ਨਾ ਪਿਆਰ ਮੁਹੱਬਤ ਨਾਲ ਜੀ ਜੀ ਫੋਨ ਕਰ ਲੈ, ਬਾਅਦ ਘੱਟ ਕਰ ਲਾਂਗੇ। ਚਲੋ 1,55,000, 1,55,000 ਮੁੱਲ ਕਰ। ਝੋਟਾ ਨੰਬਰ 1 ਸੀ, ਅੱਗੋਂ ਝੋਟੀਆਂ ਆ ਗਈਆਂ ਨੇ। ਝੋਟੀ ਨੰਬਰ 1 ਜੀ। ਲਓ ਜੀ ਦੋਸਤੋ, ਚੈੱਕ ਕਰੋ ਹਾਂ ਮਾਸ਼ਾਅੱਲਾ। 3 ਮਹੀਨੇ ਦੀ ਝੋਟੀ ਗੱਬਣੇ, ਸਿਰਫ ਤੁਹਾਡੇ ਤੋਂ ਥੋੜੀ ਦਰਦੀ ਹੈ। ਮੈਂ ਥੋੜਾ ਅਦਰ ਹੀ ਆ, ਤੁਸੀਂ ਅਦਰ ਕਰ ਕੇ। ਮੈਂ ਕੋ ਨਹੀਂ ਵੇਖਿਆ, ਮੈਨੂੰ ਸ਼ੱਕ ਹੈ ਚੌਗ ਲੱਗੀ ਹੈ। ਚੌਗ। ਲਓ ਜੀ ਦੋਸਤੋ, 3 ਮਹੀਨੇ ਦੀ ਕਨਫਰਮ ਡਾਕਟਰ ਦੀ ਪਾਸ ਹੈ। ਠੀਕ ਹੈ। 3 ਮਹੀਨੇ ਦੀ ਗੱਬਣ, ਉੱਠਿਆ ਹਲ ਵੀ ਤੇ ਗੁੱਲਾਂ ਹਲ ਨਜ਼ਰ ਮਾਰ ਕੇ ਮੇਰੇ ਭਰਾਵਾਂ ਨੂੰ ਵਹਾਣੀ ਹੈ। ਲਓ ਜੀ ਦੋਸਤੋ, ਤਸੱਲੀ ਕਰੋ ਮਾਸ਼ਾਅੱਲਾ। ਤੇ ਭਰਾ ਜਿਹੜੇ ਨੇ ਨਾ, ਇਹ ਚੈੱਕ ਕਰੋ ਜੀ ਗੁੱਲ ਮਾਸ਼ਾਅੱਲਾ, ਯਾਦ ਰੱਖਣ ਕੇ ਬਾਅਦ ਝੋਟੀ ਹਲਕਾ ਜਿਹਾ ਢੋਰਿਓ।
ਲਓ ਜੀ ਨਜ਼ਰ ਆ ਗਏ ਨੇ ਗੁੱਲ ਮਾਸ਼ਾਅੱਲਾ ਜੀ। 3 ਮਹੀਨੇ ਦੀ ਗੱਬਨ ਤੇ ਮੂੰਹ ਚ ਕਿੰਨੇ ਦੰਦ? ਡਾਕਟਰ ਦੀ ਪਾਸ ਮੂੰਹ ਚ ਕਿੰਨੇ ਦੰਦ? ਮਤਲਬ ਸਾਹਿਬ ਵਿੱਚ ਚੌਕ ਲੱਗੀ ਹੈ, ਗੱਬਨ ਝੋਟੀ ਹੋ ਜਾਏ ਮੂੰਹ ਨਹੀਂ ਪੱਟ ਕੇ ਵੇਖੀਦਾ। ਠੀਕ ਹੈ, ਰੱਬ ਰੰਗ ਲਾ ਛੜੇ ਹੁੰਦੇ ਨੇ। ਬਿਲਕੁਲ ਜੀ, ਤੇ ਇਹ ਵੀ ਮਾਸ਼ਾਅੱਲਾ ਜੀ ਮੁਕੰਮਲ ਕਾਲੀ ਹੈ, ਚੈੱਕ ਕਰੋ ਜੀ। ਥੋੜੀ ਜਿਹੀ ਬੋਲੀ ਹੈ, ਇਹ ਸਾਹਮਣੇ ਵੇਖੋ ਥੋੜੀ ਸਫੇਦ ਵਿੱਚ ਛੱਲੇ ਨੇ ਬਿੱਲੇ। ਠੀਕ ਹੈ, ਠੀਕ ਹੈ ਜੀ। ਲਓ ਮਲ ਸਾਹਿਬ, ਝੋਟੀ ਦੀ ਕੀਮਤ ਹੈ ਭਾਈ ਫਰਾਜ਼ ਪਿਆਰ ਮੁਹੱਬਤ ਨਾਲ 1,60,000 ਰੁਪਇਆ। 1,60,000 ਝੋਟੀ ਨੰਬਰ 1 ਸੀ, ਅੱਗੋਂ ਆ ਗਈ ਜੀ ਨੰਬਰ 2। ਝੋਟੀ ਨੰਬਰ 2 ਇਹ ਵੀ ਮੂੰਹ ਪੱਟ ਕੇ ਮੈਂ ਨਹੀਂ ਵੇਖਿਆ, ਚੌਗੀ ਹੋਣੀ ਹੈ। ਠੀਕ ਹੈ, 2 ਮਹੀਨੇ ਤੇ 14 ਦਿਨ ਦੀ ਗੱਭਣ ਹੈ। 5 ਕਲਿਆਣ ਬਣਦੀ ਹੈ ਕਿ ਨਹੀਂ ਝੋਟੀ ਦੀ? ਜਾਂ ਬਰੀਕੀਆਂ ਨਜ਼ਰ ਮਾਰਿਓ ਜ਼ਰਾ, ਮਾਸ਼ਾਅੱਲਾ ਜੀ ਪੈਰ ਵੀ ਧੋਤੇ ਨੇ। ਧੋਤੇ ਨੇ ਜੀ, ਹਾਂਜੀ ਗੱਲ ਹੈ। ਚੱਕ ਵੀ ਵੇਖ ਲਓ, ਬੱਗੀ ਹੈ, ਬੱਗੀ। ਠੀਕ ਹੈ ਜੀ, ਮੱਥਾ ਵੀ ਸਫੇਦ, ਅੱਖਾਂ ਵੀ ਬਿੱਲੀਆਂ ਨੇ। ਤਾਂ ਮੱਥਾ ਸਫੇਦ ਹੋ ਜੀ, ਫਿਰ ਆਪਣੀ ਮਰਜ਼ੀ ਹਰ ਬੰਦੇ। ਚਲੋ ਜੀ, ਜਿਹੜੇ ਵੇਖਣ ਵਾਲੇ ਨੇ ਇਹਨਾਂ ਤੇ ਹੁਣ ਸੁੱਟ ਦਿੰਨੇ ਆ ਜੀ। 5 ਕਲਿਆਣ ਕਹਿਣਾ ਕਿ ਨਹੀਂ ਕਹਿਣਾ? ਨਹੀਂ ਨਹੀਂ, 5 ਕਲਿਆਣ ਤਾਂ ਮੈਂ ਨਹੀਂ ਕਹਿੰਦਾ, ਲੇਕਿਨ ਝੋਟੀ ਸੋਹਣੀ ਹੈ। ਸੋਹਣੀ ਹੈ ਮਾਸ਼ਾਅੱਲਾ। ਕਦਰ ਕਰਿਓ ਮਲਕ ਸਾਹਿਬ, ਆ ਵੀ ਗੱਬਣ ਹੈ, ਇਹ ਵੀ ਗੱਬਣ ਜੀ, ਪੂਰੇ 2 ਮਹੀਨੇ ਤੇ 14 ਦਿਹਾੜੇ ਦੀ। 2 ਮਹੀਨੇ ਖਿਲਾਰਿਓ, ਖਿਲਾਰਿਓ ਜ਼ਰਾ, ਗੁੱਲ ਵੀ ਚੈੱਕ ਕਰਾ ਲਈਏ, ਗੁੱਲ ਵੀ ਚੈੱਕ ਕਰਾਓ। ਹੈਲੋ ਜੀ ਦੋਸਤੋ, ਚੈੱਕ ਕਰੋ ਮਾਸ਼ਾਅੱਲਾ, ਟੋਰੀ ਹਲਕਾ ਜਿਹਾ। ਜਿਸ ਭਰਾ ਲੈਣੀ ਹੋਵੇ ਤੇ 1,55,000। ਤੇ ਮੂੰਹ ਚ ਕਿੰਨੇ ਦੰਦ? ਚੌਕ ਹੋਵੇ ਦੀ। ਠੀਕ ਹੈ ਜੀ, ਝੋਟੀ ਨੰਬਰ 2 ਸੀ, ਅੱਗੋਂ ਲੈ ਕੇ ਆਓ ਜੀ ਭਾਈ ਨੰਬਰ 3। ਭਾਈ ਫਰਾਜ਼ ਝੋਟੀ ਨੰਬਰ 3 ਨਾਲ ਜ਼ਰਾ ਨਾ ਕੈਮਰਾ ਮਾਰਨੀ ਬੂਥੀ ਤੇ ਵੀ ਤੇ ਸਿੰਗੀਆਂ ਦੇ। ਮਾਸ਼ਾਅੱਲਾ ਜੀ, ਸਿੰਗੀਆਂ ਤੇ ਇੰਜ ਨਜ਼ਰ ਆ ਹੀ ਨਹੀਂ ਰਹੀਆਂ ਝੋਟੀਆਂ। ਝੋਟੀ ਨੰਬਰ 3 ਤੇ ਮਾਸ਼ਾਅੱਲਾ ਸਿਹਤ ਦੀ ਵੇਖੋ ਜੀ, ਖਿਲਾਰੋ ਹਮਦ ਸਾਹਿਬ। 4 ਮਹੀਨੇ ਤੇ 12 ਕੇ 14 ਦਿਨ ਦੀ ਡਾਕਟਰ ਦੱਸਿਆ ਪਾਸ ਹੈ। 4 ਮਹੀਨੇ ਤੇ ਕੋਈ 12 ਜਾਂ 14 ਦਿਨਾਂ ਦੀ, ਜਾਂ 4.5 ਮਹੀਨਿਆਂ ਦੀ ਗਿਣ ਲਓ ਤੁਸੀਂ, 2 ਦਿਨ ਉੱਤੇ ਕੀ ਜਾਂ ਪਿੱਛੇ ਕੀ। ਜੀ ਜੀ, 4.5 ਮਹੀਨੇ ਦੀ ਗੱਬਣ ਜੀ, ਝੋਟੀ ਨੰਬਰ 3 ਮਲਕ ਸਾਹਿਬ ਖਿਲਾਰੇ ਉੱਥੇ ਜ਼ਰਾ। ਲਓ ਜੀ ਦੋਸਤੋ, ਮੁਕੰਮਲ ਤਸੱਲੀ ਕਰੋ, ਹੱਡੀ ਵੀ ਚੈੱਕ ਕਰ ਲਓ ਜੀ, ਸੋਹਣੀ ਚੀਜ਼ ਹੈ ਮਾਸ਼ਾਅੱਲਾ। ਭਾਈ ਫਰਾਜ਼ ਪੁੱਛਲਾ ਨਜ਼ਰ ਮਾਰ ਜ਼ਮੀਨ ਨਾਲ ਲੱਗਦਾ ਹੀ ਪਿਆ। ਆਹ ਚੈੱਕ ਕਰੋ ਜੀ, ਇਹ ਵੇ ਜੀ ਨੀਲੀ ਦਾ ਮਾਲ, ਝੋਟੀ ਨੰਬਰ 3 ਤੇ 4.5 ਮਹੀਨੇ ਦੀ ਗੱਬਣ। ਭਰਾ ਨੂੰ ਭਾਈ ਫਰਾਜ਼ ਚੰਗੀ ਲੱਗਦੀ ਹੋਵੇ, 1,60,000 ਰੁਪਏ ਦੀ। 1,60,000 ਖਿਲਾ ਰਿਹਾ ਭਾਈ, ਇੱਕ ਮਿੰਟ ਜ਼ਰਾ ਗੁੱਲ ਚੈੱਕ ਕਰਾ ਲਈਏ। ਲਓ ਜੀ ਦੋਸਤੋ, ਗੁੱਲ ਵੀ ਚੈੱਕ ਕਰੋ ਮਾਸ਼ਾਅੱਲਾ, ਚੌੜੇ ਗੁੱਲ, ਛੁਆਰੇ ਲੱਗੇ, ਟੋਰੀ ਹਲਕਾ ਜਿਹਾ ਅੱਗੇ ਟੋਰਿਓ, ਇਹ ਚਵੇਂ ਨਜ਼ਰ ਆ ਰਹੇ ਨੇ। ਠੀਕ ਹੈ, ਅੱਗੋਂ ਆ ਗਈ ਜੀ ਝੋਟੀ ਨੰਬਰ 4। ਭਾਈ ਫਰਾਜ਼ ਮੈਂ ਮਾਲ ਵੇਚਣਾ ਇਮਾਨਦਾਰੀ ਤੇ ਜੀ ਜੀ, 2 ਨੰਬਰੀ ਦੀ ਮੈਂ ਕਰਦਾ, ਝੋਟੀ ਏ, ਇਹ ਝੋਟੀ ਦਾ 2 ਜਗ੍ਹਾ ਤੇ ਬਿਆਨਾ ਹੋਇਆ ਸੀ, ਮੈਂ ਵਾਪਸ ਕਰ ਛੜਿਆ। ਕੀ ਵਜ੍ਹਾ ਬਣੀ? ਇਹ ਝੋਟੀ ਦੇ ਵਿੱਚ ਥੋੜਾ ਜਿਹਾ ਨੁਕਸ ਬਣਿਆ, ਹੁਣ ਠੀਕ ਹੋ ਗਈ ਏ। ਮੈਂ ਜਿਹੜੀ ਗੱਲ ਹੈ ਮੈਂ ਵੀਡੀਓ ਦੇ ਵਿੱਚ ਆਨਲਾਈਨ ਦੱਸਾਂਗਾ, ਝੋਟੀ ਥੋੜਾ ਮਾਰਦੀ ਏ ਜ਼ੋਰ, ਮੇਰੇ ਕੋਲ ਆ ਕੇ ਨਾ ਮੈਂ ਝੋਟੀ ਨੂੰ ਥੋੜਾ ਡਾਲਟਾ ਘਿਓ ਜਿਹੜਾ ਨਾ ਜੀ ਜੀ, ਇਹ ਨਾ ਮੁੜਿਆ ਗਲਤੀ ਨਾਲ ਤੇਲ ਦੇਣਾ ਸੀ ਤੇ ਡਾਲਟਾ ਘਿਓ ਦਿੱਤਾ। ਠੀਕ ਹੈ, ਉਹ ਗਰਮ ਲੱਗਾ ਝੋਟੀ, 5.5-6 ਮਹੀਨੇ ਦੀ ਗੱਬਣ ਏ। ਠੀਕ ਹੈ, ਤੇ ਝੋਟੀ ਥੋੜਾ ਭਾਰ ਪਾਉਂਦੀ ਏ, ਅਗਰ ਕਿਸੇ ਭਰਾ ਚਾਹੀਦੀ ਹੋਵੇ, ਝੋਟੀ 1,75 ਦੀ ਸੀ ਮੇਰੀ। ਠੀਕ ਹੈ, ਫਾਈਨਲ 1,55 ਦੀ ਦਿਆਂ ਦਾ ਨੁਕਸ ਪਹਿਲਾਂ ਦੱਸਣਾ ਪਿਆ, ਇਲਾਜ ਕਰ ਸਕਦਾ ਤੇ ਕਰ ਲੈ। ਜ਼ਿੰਦਾਬਾਦ ਜੀ, ਜ਼ਿੰਦਾਬਾਦ। ਝੋਟੀ ਨੰਬਰ 4 ਸੀ, ਲੋ ਜੀ ਦੋਸਤੋ ਚੈੱਕ ਕਰੋ ਜੀ, ਗੁੱਡ ਹੋ ਗਿਆ ਇਹ, ਜ਼ਰਾ ਵੇਖੋ ਜੀ ਮਾਸ਼ਾਅੱਲਾ, ਇਹ ਚੈੱਕ ਕਰੋ ਜੀ, ਝੋਟੀ ਨੰਬਰ 4 ਬਣੇ। ਠੀਕ ਹੈ, ਅੱਗੋਂ ਆ ਗਈ ਜੀ ਨੰਬਰ 5, ਝੋਟੀ ਨੰਬਰ 5, ਇਹ ਚੈੱਕ ਕਰੋ ਜੀ ਮਾਸ਼ਾਅੱਲਾ, ਸੋਹਣਾ ਕੱਦ ਬੋਟੀਆ ਦਾ, ਵੇਖ ਜ਼ਰਾ ਥੋੜੇ ਸਿੰਘ ਹਰੀ ਖੁੱਲੇ ਭਾਈ ਫਰਾਜ਼, ਝੋਟੀ ਦੇ ਰੰਗ ਅਲੱਗ, ਹੋਰ ਸਾਰੀਆਂ ਬਰੀਕੀਆਂ ਪੂਰੀਆਂ ਨੇ ਜੀ, ਕੱਦ ਬੋਟ ਵੀ ਸੋਹਣਾ, ਸਿਹਤ ਅੱਲਾ ਦੇ ਨਾਲ ਮਾਲਕ ਦੇ, ਸਭ ਕੋਈ ਝੋਟੀ ਲਾਏ ਆ। ਠੀਕ ਹੈ, ਲਓ ਜੀ ਦੋਸਤੋ ਚੈੱਕ ਕਰੋ ਜੀ ਝੋਟੀ ਨੰਬਰ 5, ਮਤਲਬ ਕਿ ਪਾ ਕੇ ਕੋਈ ਖਾਣਾ ਜੀ ਜੀ, ਇਹ ਚੈੱਕ ਕਰੋ ਜੀ, ਗੁੱਲ ਵੀ ਚੈੱਕ ਕਰ ਲਓ ਦੋਸਤੋ,
ਝੋਟੀ ਨੰਬਰ 5 ਮੁਕੰਮਲ ਜਸਾਮਤ ਵੇਖੋ ਜੀ। ਮਲਕ ਸਾਹਿਬ ਹਲਕਾ ਜਿਹਾ ਟੋਰਿਓ ਭਾਈ ਫਰਾ, ਝੋਟੀ ਵੱਲ ਨਜ਼ਰ ਮਾਰਨੀ ਆ ਪੂਰੀ। ਆ ਵੀ ਗੱਬਣ ਹੈ ਜੀ, ਗੱਬਣ ਟੋਰਿਓ ਹਲਕਾ ਜਿਹਾ ਝੋਟੀ ਨੰਬਰ 5 3 ਮਹੀਨੇ ਦੀ, 3.5 ਮਹੀਨੇ ਦੀ ਗੱਬਣ ਹੈ ਤੇ ਗੁੱਲ ਵੀ ਚੱਕ ਰੋ ਮਾਸ਼ਾ ਗੱਬਣ ਕਰਕੇ ਭਾਈ ਫਰਾ ਦਿਆਂ ਦਾ ਖਾਲੀ ਹੋਵੇ ਮੇਰੀ ਜ਼ਿੰਦਾਬਾਦ। ਤੇ ਕਿੰਨੇ ਦਾਂਦੇ ਜੀ ਮੂੰਹ ਚ? ਮੈਂ ਮੂੰਹ ਪੱਟ ਕੇ ਨਹੀਂ ਵੇਖਿਆ, ਗੱਬਣ ਝੋਟੀ ਦਾ ਕਦੇ ਨਹੀਂ ਮੂੰਹ ਪੱਟਿਆ। ਨੰਬਰ 5 ਦਾ ਰੇਟ ਲਾਓ ਜੀ ਮਾਸ਼ਾ। ਭਾਈ ਦਾ ਰੇਟ 160,000 ਰੁਪਇਆ। 160,000 ਗਵਾ ਗਈ ਹੈ ਜੀ। ਨੰਬਰ 6 ਨੰਬਰ 6 ਲੇਕਿਨ ਮਾਲਕਾਂ ਜਦੋਂ ਮੈਨੂੰ ਦੱਸਿਆ ਸੀ ਨਾ 3.5 ਮਹੀਨੇ ਦੀ ਹੁਣ ਹੋ ਚੱਲੀ ਹੈ ਗੱਬਣ। ਗੱਬਣ ਠੀਕ ਹੈ। ਦੂਸਰਾ ਸੂਆ ਇਹਨੇ ਸੁਣਿਆ, ਮੈਂ ਚੈੱਕ ਨਹੀਂ ਕਰਾਈ ਇਹ ਗੱਬਣ, ਇਹ ਖਾਲੀ ਹੈ। ਠੀਕ ਹੈ। ਜਿਸ ਬੰਦੇ ਲੈਣੀ ਉਹਨੇ ਆਪਣੇ ਨਸੀਬ ਲੈਣੇ ਨੇ। ਠੀਕ ਹੈ ਜੀ। ਮੈਂ ਗਰੰਟੀ ਨਹੀਂ ਦੇਣੀ। ਠੀਕ ਹੈ ਠੀਕ ਹੈ। ਮੈਂ ਚੈੱਕ ਨਹੀਂ ਕਰਾਈ। ਠੀਕ ਹੈ ਜੀ। ਝੋਟੀ ਨੰਬਰ 6 7 ਕਿੰਨੇ ਦਾਂਦੇ ਜੀ? ਇਹ ਦੋਂਦੀ ਹੈ, ਦੋ ਦਾਂਦੇ ਤੇ 50 ਕੁ ਦਿਨ ਦੀ ਗੱਬਣ ਹੈ ਜੀ। ਤੇ ਭਾਈ ਫਰਾਦ ਅੱਜ ਤੈਨੂੰ ਡੰਗਰ ਸਾਰੇ ਦਵਾਵਾਂ ਪੇ ਦਿੰਦੇ ਨੇ। ਸਵੇਰੇ 9 ਵਜੇ ਦੇ ਵੱਜੇ ਨੇ, ਤੂੰ 5:30 ਵਜ ਗਏ। ਹਾਂਜੀ ਗੱਲ ਹੈ ਜੀ, ਦਵਾ ਸਿੱਧਾ ਦੱਸੋ ਨਾ, ਬਦਵਾਵਾਂ ਦੇ ਰਹੇ ਨੇ। ਨੰਬਰ 7 ਜੀ ਜੀ ਮਲਕ ਸਾਹਿਬ ਲਾਓ ਜੀ ਰੇਟ ਦਾ। ਨੰਬਰ 7 ਭਾਈ ਫਰਾਦ ਦੀ ਕਸੂਰ ਜੇ ਸਾਰਾ ਮਤਲਬ ਲੇਟ ਆ। ਮੈਂ ਮਾਜ਼ਰ ਚਾਹੁੰਦਾ ਸਰ, ਸ਼ੁਕਰ ਕਰੋ ਅਸੀਂ ਆ ਗਏ ਅੱਜ ਜੀ। ਮਲਕ ਸਾਹਿਬ ਨੰਬਰ 7 ਦਾ ਰੇਟ ਲਾਓ ਭਈਆ। ਹਾਂਜੀ 1,33,000 ਨੰਬਰ 7 ਸੀ ਜੀ। ਇਹ ਆ ਗਈ ਜੀ ਨੰਬਰ 8 ਚੌਧਰੀ ਸ਼ਬਾਦ ਆਫ ਚਕਵਾਲ। ਇਹ ਸੇਲ ਹੋ ਗਈ ਹੈ? ਇਹ ਸੇਲ ਹੋ ਗਈ ਹੈ, ਰਾਤ ਦਾ ਬਿਆਨਾ ਹੋ ਗਿਆ। ਠੀਕ ਲਓ ਜੀ ਦੋਸਤੋ, ਚੈੱਕ ਕਰੋ ਜੀ ਸ਼ਬਾਦ ਸਾਹਿਬ ਨੇ ਚਕਵਾਲ ਤੋਂ ਟੋਟਲ 7 ਨੇ ਆ ਤੇ ਨੰਬਰ 8 ਤੇ ਸੇਲ ਹੋ ਗਈ। ਨੰਬਰ 8 ਸੇਲ ਹੋਈ ਹੈ, ਇਹਦਾ ਮੁੱਲ ਸ਼ੁਲਕ ਉਹ ਨਹੀਂ ਲਾਣਾ। ਚਲੋ ਜੀ ਠੀਕ ਹੋ ਗਿਆ। ਠੀਕ ਹੈ ਜੀ। ਅੱਗੇ ਬੱਚਾ ਆ ਗਿਆ ਭਾਈ ਫਰਾਦ, ਬੱਚਾ ਮੂੰਹ ਦੇ ਵਿੱਚੋਂ ਦੋਂਦਾ ਹੁਸਨ ਵੀ ਇਹਦਾ ਹੀਰ ਹੈ ਜੀ ਮਾਸ਼ਾਅੱਲਾ। ਮੂੰਹ ਦੇ ਵਿੱਚੋਂ ਦੋਂਦਾ ਇਹ ਚੱਕ। ਠੀਕ ਹੈ ਜੀ। ਠੀਕ ਹੈ। ਝੂਠ ਮਾਰ ਕੇ ਸੌਦਾ ਨਹੀਂ ਦੇਣਾ। ਜ਼ਿੰਦਾਬਾਦ। ਦੋ ਦਾਂਦੇ ਜੀ ਤੇ ਵੇਲ ਬੱਚੇ ਦੀ ਭਾਈ ਫਰਾਦ ਹਲਕਾ ਜਿਹਾ ਟੋਰਿਓ ਹਾਂ ਜ਼ਰਾ ਦੋਸਤਾਂ ਨੂੰ ਤਸੱਲੀ ਕਰਾਈਏ, ਇਹਦਾ ਹੁਸਨ ਚੈੱਕ ਕਰਾਈਏ। ਲਓ ਜੀ ਦੋਸਤੋ, ਚੈੱਕ ਕਰੋ ਬੱਚਾ ਨੰਬਰ 1 ਮੂੰਹ 'ਚ ਦੋ ਦਾਂਦੇ ਤੇ ਨਸਲ ਮਲਕ ਸਾਹਿਬ ਦੀ ਸਾਹੀਵਾਲ। ਸਾਹੀਵਾਲ ਕ੍ਰਾਸ ਹੈ ਜੀ, ਸਾਹੀਵਾਲ ਕ੍ਰਾਸ ਮਾਸ਼ਾਅੱਲਾ ਜੀ। ਕਿੰਨਾ ਕੁ ਹੋਏਗਾ ਗੋਸ਼ਤ? ਮਾਸ਼ਾਅੱਲਾ ਗੋਸ਼ਤ ਕਿੰਨਾ ਕੁ ਹੋਏਗਾ ਅੰਦਾਜ਼ਨ? ਗੋਸ਼ਤ ਵੱਲਾ ਆਲਮ ਪਤਾ ਨਹੀਂ, ਕੋਈ 4.5 ਦੇ ਉੱਤੇ 5 ਮਣਾ ਦੇ। ਲਓ ਜੀ ਦੋਸਤੋ, ਉਹਦੀ ਅੰਦਾਜ਼ਾ ਕਰਨਾ ਹੈ। ਜਸਾਮਤ ਦੀ ਨਜ਼ਰ ਆ ਰਹੀ ਹੈ, ਕਦਬਤ ਵੀ ਤਾਂ ਸੋਹਣਾ ਹੈ। ਕੁਰਬਾਨੀ ਵਾਲਾ ਹੈ ਜੀ ਜੀ ਬੱਚਾ। ਆ ਜੀ ਦੋ ਦੰਦ ਹੋ ਗਿਆ, ਕੁਰਬਾਨੀ ਤੇ ਇਨਸ਼ਾਅੱਲਾ ਹੈ ਰੱਖੇ। ਜਿਹੜਾ ਉੱਤੇ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਲੱਖਾਂ ਦੇ ਉੱਤੋਂ ਪੇ ਲੱਭਦੇ ਨੇ ਤੇ ਇਸ ਬੱਚੇ ਦਾ ਸਿਰਫ ਮੁੱਲ ਭਰਾਵਾਂ ਵਾਸਤੇ 1,15,000 ਰੁਪਇਆ। 1,15,000 ਬੱਚਾ ਨੰਬਰ 1। ਬੱਚਾ 1 ਹੀ ਹੈ? 1 ਹੀ ਹੈ। ਅਗੂ ਈਦ ਆ ਰਹੀ ਹੈ ਤੇ ਬੱਚੇ ਜ਼ਰਾ ਜ਼ਿਆਦਾ ਲੈ ਆਇਆ ਕਰੋ।
ਜਿਸ ਬੰਦੇ ਦਾ ਕਿਸੇ ਭਰਾ ਦਾ ਫੋਨ ਨੀ ਚੁੱਕ ਸਕਿਆ ਮਦਰ ਚਾਹਨਾ ਵਾ, ਠੀਕ ਹੈ। ਤੇ ਦੂਜੀ ਗੱਲ ਇਹ ਵੇ ਕਿ ਹਰ ਭਰਾ ਨੂੰ ਪਤਾ ਅੱਜ ਕੱਲ ਰੇਟ ਕੀ ਹੈ ਡੰਗਰਾਂ ਦਾ। ਜੀ ਜੀ, ਸਾਰੇ ਦੋਸਤ ਵੀਡੀਓ ਵੇਖਦੇ ਨੇ ਜੀ। ਤੇ ਕੋਈ ਅਸੀਂ 2-4 ਹਜ਼ਾਰ ਮੁਨਾਫਾ ਲੈਨੇ ਆ, ਡੰਗਰ ਦੇ ਛੱਡਨੇ ਆ। ਅੱਲਾ ਪਾਕ ਸਾਰਿਆਂ ਨੂੰ ਯਾਤੀ ਦੇ, ਮੇਰੀ ਤਰਫੋਂ ਸਾਰਿਆਂ ਨੂੰ ਸਲਾਮ ਹੈ। ਵਾਲੇਕੁਮ ਸਲਾਮ। ਜਿੰਨੇ ਅੰਦਰੂਨੇ ਮੁਲਕ ਬਰੂਨੇ ਮੁਲਕ ਨੇ ਸਭ ਨੂੰ ਸਲਾਮ ਹੈ। ਤੇ ਜਿਹੜਾ ਭਰਾ ਨੂੰ ਕਿਸੇ ਨੂੰ ਮਤਲਬ ਕੋਈ ਸ਼ਿਕਵਾ ਹੋਵੇ ਫੋਨ ਕਰਕੇ ਤੇ ਮੇਰੇ ਕੋਲ ਪੁੱਛ ਸਕਦਾ। ਜ਼ਿੰਦਾਬਾਦ ਮੰਗ ਸਾਹਿਬ, ਬਹੁਤ ਸ਼ੁਕਰੀਆ ਜੀ। ਮੇਰੇ ਕੋਲ ਹੋਵੇ ਤੇ ਮੈਂ ਮਾਰ ਚਾਹਨਾ ਐਡਵਾਂਸ ਈਦ ਮੁਬਾਰਕ, ਈਦ ਤੋਂ ਬਾਅਦ ਹੀ ਹੁਣ ਵੀਡੀਓ ਬਣਨੀ। ਖੈਰ ਮੁਬਾਰਕ ਜੀ ਮੰਗ ਸਾਹਿਬ। ਸਾਰਿਆਂ ਭਰਾਵਾਂ ਨੂੰ ਮੇਰੀ ਤਰਫੋਂ ਸਲਾਮ। ਪਾਕਿਸਤਾਨ ਜ਼ਿੰਦਾਬਾਦ।